ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੋਲੀਟੀਕਲ ਸਾਇੰਸ ਦਾ ਜਿਹੜਾ ਕਿ ਟੋਪਿਕ ਕਰਾਂਗੇ, ਟੋਪਿਕ ਹੈ ਆਪਣਾ ਉੱਚ ਅਦਾਲਤ ਹਾਈ ਕੋਰਟ। ਇਸ ਤੋਂ ਪਹਿਲਾਂ ਆਪਾਂ ਸੁਪਰੀਮ ਕੋਰਟ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਰਾਜਪਾਲ, ਠੀਕ, ਇਹਨਾਂ ਦੇ ਸ਼ਕਤੀਆਂ ਕਾਰਜ, ਇਹਨਾਂ ਦੀ ਨਿਯੁਕਤੀ ਅਤੇ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਵਾਲੇ ਕੁਐਸਚਨਸ ਆਲਰੇਡੀ ਚੈਨਲ 'ਤੇ ਅਪਲੋਡ ਨੇ। ਕੇਂਦਰ ਅਤੇ ਰਾਜਾਂ ਦੇ ਵਿੱਚ ਕੀ ਸੰਬੰਧ ਨੇ, ਠੀਕ ਹੈ, ਉਹ ਤੁਸੀਂ ਵੀਡੀਓਜ਼ ਆਪਣੇ ਵਾਚ ਕਰ ਸਕਦੇ ਹੋ। ਹੁਣ ਇਸ ਵੀਡੀਓ 'ਚ ਆਪਾਂ ਕਰਾਂਗੇ ਹਾਈ ਕੋਰਟ, ਉੱਚ ਅਦਾਲਤ। ਉੱਚ ਅਦਾਲਤ ਦੀ ਰਚਨਾ, ਬਣਤਰ ਅਤੇ ਇਹਦੀ ਨਿਯੁਕਤੀ, ਠੀਕ ਹੈ, ਜੱਜਾਂ ਦੀ ਅਤੇ ਕੀ ਯੋਗਤਾਵਾਂ ਨੇ ਅਤੇ ਇਹਦੀਆਂ ਸ਼ਕਤੀਆਂ ਅਤੇ ਕੰਮ। ਹਾਂਜੀ, ਪਹਿਲਾਂ ਜਾਣ ਪਛਾਣ। ਭਾਰਤੀ ਨਿਆਂਇਕ ਸੰਗਠਨ ਦੇ ਅਨੁਛੇਦ 124 ਆਰਟੀਕਲ 124 ਦੇ ਵਿੱਚ ਸਰਵਉੱਚ ਅਦਾਲਤ ਤੋਂ ਇਲਾਵਾ ਹਰੇਕ ਰਾਜ ਲਈ ਇੱਕ ਉੱਚ ਅਦਾਲਤ ਦੀ ਵਿਵਸਥਾ ਵੀ ਕੀਤੀ ਗਈ ਹੈ ਹਾਈ ਕੋਰਟ, ਠੀਕ ਹੈ, ਸਟੇਟਾਂ ਦੇ ਵਿੱਚ। ਤਾਂ ਇਹ ਜ਼ਰੂਰੀ ਨਹੀਂ ਹੈਗਾ ਕਿ ਹਰੇਕ ਰਾਜ ਲਈ ਇੱਕ ਵੱਖਰੀ ਹੀ ਉੱਚ ਅਦਾਲਤ ਹੋਵੇ, ਮਤਲਬ ਕਿ ਦੋ ਜਾਂ ਦੋ ਤੋਂ ਵੱਧ ਰਾਜਾਂ ਦੀ ਇੱਕ ਅਦਾਲਤ ਵੀ ਹੋ ਸਕਦੀ ਹੈ, ਠੀਕ ਹੈ। ਸਾਂਝੀ ਉਦਾਹਰਣ ਦੇ ਤੌਰ 'ਤੇ ਜਿਵੇਂ ਪੰਜਾਬ ਅਤੇ ਹਰਿਆਣਾ ਰਾਜ ਲਈ ਇੱਕ ਹੀ ਉੱਚ ਅਦਾਲਤ ਹੈ ਅਤੇ ਆਰਟੀਕਲ ਵੀ ਦਿੱਤਾ ਹੋਇਆ 231 ਦੇ ਅਨੁਸਾਰ, ਠੀਕ ਹੈ। ਅਤੇ ਭਾਰਤੀ ਸੰਘ ਦੇ ਰਾਜਾਂ ਦੀ ਕੁੱਲ ਗਿਣਤੀ 28 ਹੈ, ਪਰੰਤੂ ਉੱਚ ਅਦਾਲਤਾਂ ਦੀ ਗਿਣਤੀ ਕਿੰਨੀ ਹੈ? 25 ਹੈ, ਮਤਲਬ ਕਿ ਇੱਕ ਤੋਂ ਵੱਧ ਰਾਜਾਂ ਲਈ ਜਿਹੜੀ ਕਿ ਇੱਕ ਹਾਈ ਕੋਰਟ ਹੈ। ਅਤੇ ਅੱਗੇ ਉੱਚ ਅਦਾਲਤ ਦੀ ਰਚਨਾ, ਕੰਪੋਜੀਸ਼ਨ ਆਫ ਹਾਈ ਕੋਰਟ। ਸੰਵਿਧਾਨ ਨੇ ਦੇਸ਼ ਦੀ ਸਰਵਉੱਚ ਅਦਾਲਤ ਦੇ ਜੱਜਾਂ ਦੀ ਗਿਣਤੀ ਨਿਸ਼ਚਿਤ ਕੀਤੀ ਹੈ, ਪਰੰਤੂ ਰਾਜ ਦੇ ਜਿਹੜੇ ਉੱਚ ਅਦਾਲਤ ਦੇ ਰਾਜ ਦੀ ਜਿਹੜੀ ਉੱਚ ਅਦਾਲਤ ਹਾਈ ਕੋਰਟ, ਇਹਦੇ ਜੱਜਾਂ ਦੀ ਗਿਣਤੀ ਨਿਸ਼ਚਿਤ ਨਹੀਂ ਕੀਤੀ ਗਈ। ਉਹਨਾਂ ਦੀ ਗਿਣਤੀ ਰਾਸ਼ਟਰਪਤੀ ਦੁਆਰਾ ਨਿਸ਼ਚਿਤ ਕੀਤੀ ਜਾਂਦੀ ਆ। ਸਾਰੀਆਂ ਉੱਚ ਅਦਾਲਤਾਂ ਦੇ ਜੱਜਾਂ ਦੀ ਗਿਣਤੀ ਇੱਕੋ ਜਿਹੀ ਨਹੀਂ ਹੈਗੀ। ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਜੱਜਾਂ ਦੀ ਕੁੱਲ ਗਿਣਤੀ ਕਾਨੂੰਨੀ ਤੌਰ 'ਤੇ 68 ਆ। ਅਸਲ ਦੇ ਵਿੱਚ ਅਦਾਲਤ ਦੇ ਵਿੱਚ 48 ਜੱਜ ਹੀ ਹੁੰਦੇ ਨੇ, ਬਾਕੀ ਜਿਹੜੇ ਕਿ ਅਸਾਮੀਆਂ ਖਾਲੀ ਨੇ। ਇਸ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਉੱਚ ਅਦਾਲਤ ਦੇ ਜੱਜਾਂ ਵਿੱਚ 11 ਜੱਜ ਨੇ, ਪਰ ਅਸਲ ਦੇ ਵਿੱਚ ਮੁੱਖ ਜੱਜ ਸਮੇਤ 6 ਜੱਜੇ ਨੇ, ਠੀਕ ਹੈ, ਇਹਨਾਂ ਨੂੰ ਰੀਡ ਕਰ ਲੈਣਾ। ਅਤੇ ਨਿਯਮਤ ਜੱਜਾਂ ਤੋਂ ਇਲਾਵਾ ਕੰਮਾਂ ਦੀ ਜ਼ਿਆਦਤੀ ਕਰ ਕੁਝ ਵਾਧੂ ਜੱਜ, ਅਡੀਸ਼ਨਲ ਜੱਜ 2 ਸਾਲ ਲਈ ਨਿਯੁਕਤ ਕੀਤੇ ਜਾ ਸਕਦੇ ਨੇ। ਨੈਕਸਟ ਹੈਗਾ ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ। ਹਾਂਜੀ, ਉੱਚ ਅਦਾਲਤ ਦੇ ਜੱਜਾਂ ਦੀ ਜਿਹੜੀ ਨਿਯੁਕਤੀ ਹੈ, ਮੁੱਖ ਜੱਜ ਅਤੇ ਦੂਜੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ। ਉੱਚ ਅਦਾਲਤ ਦੇ ਮੁੱਖ ਜੱਜ ਅਤੇ ਜਿਹੜੇ ਬਾਕੀ ਜੱਜ ਨੇ ਉਹਨਾਂ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ। ਅਤੇ ਮੁੱਖ ਜੱਜ ਦੀ ਨਿਯੁਕਤੀ ਕਰਨ ਸਮੇਂ ਰਾਸ਼ਟਰਪਤੀ, ਸਰਵਉੱਚ ਅਦਾਲਤ, ਸੁਪਰੀਮ ਕੋਰਟ ਦੇ ਮੁੱਖ ਜੱਜ ਅਤੇ ਸੰਬੰਧਿਤ ਰਾਜ ਦੇ ਰਾਜਪਾਲ ਦੀ ਸਲਾਹ ਲੈਂਦਾ। ਅਤੇ ਦੂਜੇ ਜੱਜਾਂ ਦੀ ਨਿਯੁਕਤੀ ਕਰਨ ਸਮੇਂ ਸਰਵਉੱਚ ਅਦਾਲਤ ਦੇ ਮੁੱਖ ਜੱਜ ਅਤੇ ਸੰਬੰਧਿਤ ਰਾਜ ਦੇ ਰਾਜਪਾਲ ਤੋਂ ਇਲਾਵਾ ਉੱਚ ਅਦਾਲਤ ਦਾ ਜਿਹੜਾ ਮੁੱਖ ਜੱਜ ਨਿਯੁਕਤ ਕਰ ਲਿਆ ਜਾਂਦਾ, ਉਹਦੀ ਸਲਾਹ ਲੈਣੀ ਵੀ ਜ਼ਰੂਰੀ ਹੁੰਦੀ ਹੈ ਜਦੋਂ ਬਾਕੀ ਜੱਜਾਂ ਦੀ ਨਿਯੁਕਤੀ ਹੁੰਦੀ ਹੈ, ਠੀਕ ਹੈ, ਮੁੱਖ ਜੱਜ ਤੋਂ ਬਾਅਦ ਜਿਹੜੇ ਬਾਕੀ ਜੱਜ ਹੁੰਦੇ ਨੇ। ਜੇਕਰ ਉੱਚ ਅਦਾਲਤ ਦੇ ਮੁੱਖ ਜੱਜ ਦਾ ਅਹੁਦਾ ਕਿਸੇ ਕਰਕੇ ਆਰਜ਼ੀ ਤੌਰ 'ਤੇ ਖਾਲੀ ਹੋਊਗਾ, ਤਾਂ ਰਾਸ਼ਟਰਪਤੀ ਉੱਚ ਅਦਾਲਤ ਦੇ ਕਿਸੇ ਜੱਜ ਨੂੰ ਕਾਰਜਵਾਹਕ ਐਕਟਿੰਗ ਚੀਫ ਜਸਟਿਸ ਵੀ ਨਿਯੁਕਤ ਕਰ ਦਿੰਦਾ, ਠੀਕ ਹੈ। ਬਾਕੀ ਇਹ ਹੁਣ ਵਰਤਮਾਨ ਸਮੇਂ ਚੇਂਜ ਹੋਇਆ ਵਾ ਹੋਊਗਾ, ਤੁਸੀਂ ਦੇਖ ਲੈਣਾ ਨੈੱਟ 'ਤੇ। ਨੈਕਸਟ ਇਹਨੂੰ ਸ਼ੁਰੂ ਛੱਡ ਸਕਦੇ ਹੋ। ਯੋਗਤਾਵਾਂ, ਭਾਰਤ ਦਾ ਨਾਗਰਿਕ ਹੋਣਾ ਚਾਹੀਦਾ, ਉਹ ਭਾਰਤ ਵਿੱਚ ਘੱਟੋ ਘੱਟ 10 ਸਾਲ ਲਈ ਕਿਸੇ ਨਿਆਂਇਕ ਪਦਵੀ 'ਤੇ ਰਿਹਾ ਹੋਵੇ, ਅਤੇ ਉਹ ਕਿਸੇ ਰਾਜ ਦੀ ਉੱਚ ਅਦਾਲਤ ਜਾਂ ਇੱਕ ਤੋਂ ਜ਼ਿਆਦਾ ਜੱਜਾਂ ਰਾਜਾਂ ਦੀ ਸਟੇਟਸ ਦੀ ਉੱਚ ਅਦਾਲਤ ਵਿੱਚ ਘੱਟ ਤੋਂ ਘੱਟ 10 ਸਾਲ ਨਿਰੰਤਰ ਐਡਵੋਕੇਟ ਰਿਹਾ ਹੋਵੇ। ਕਾਰਜਕਾਲ ਦੇ ਪਦਵੀ ਤੋਂ ਹਟਾਉਣਾ, ਉੱਚ ਅਦਾਲਤ ਦੇ ਜੱਜਾਂ ਦੀ ਜਿਹੜੀ ਕਿ 62 ਸਾਲ ਦੀ ਉਮਰ ਤੱਕ ਉਹ ਆਪਣੀ ਪਦਵੀ 'ਤੇ ਰਹਿ ਸਕਦੇ ਨੇ, 62 ਈਅਰਸ ਤੱਕ। 62 ਸਾਲ ਦੀ ਉਮਰ ਪ੍ਰਾਪਤ ਕਰਨ ਮਗਰੋਂ ਸੇਵਾ ਮੁਕਤ ਹੋ ਜਾਂਦੇ ਨੇ। ਅਤੇ ਉੱਚ ਅਦਾਲਤ ਦੇ ਜੱਜਾਂ ਦਾ ਪਦ ਅਹੁਦਾ ਇਸ ਨਿਸ਼ਚਿਤ ਉਮਰ ਤੋਂ ਪਹਿਲਾਂ ਵੀ ਖਾਲੀ ਕੀਤਾ ਜਾ ਹੋ ਸਕਦਾ, ਜਾਂ ਤਾਂ ਜੱਜ ਖੁਦ ਤਿਆਗ ਪੱਤਰ ਦੇ ਦੇਵੇ, ਰਿਜ਼ਾਈਨ ਦੇ ਦੇਵੇ ਆਪਣੇ ਅਹੁਦੇ ਤੋਂ, ਜਾਂ ਫਿਰ ਸੰਸਥੇ ਦੋਵੇਂ ਸਦਨ ਆਪਣੇ ਕੁੱਲ ਮੈਂਬਰਾਂ ਦੀ ਗਿਣਤੀ ਦੇ ਬਹੁਮਤ ਨਾਲ ਅਤੇ ਹਾਜ਼ਰ ਵੋਟ ਦੇਣ ਵਾਲਿਆਂ ਦੇ 2/3 ਬਹੁਮਤ ਨਾਲ ਜੱਜ ਦੇ ਵਿਰੁੱਧ ਅਯੋਗਤਾ ਜਾਂ ਉਹਦੇ ਮੰਦੇ ਵਿਵਹਾਰ ਕਰਕੇ ਜਿਹੜੇ ਕਿ ਮਤਾ ਪਾਸ ਕਰ ਦੇਵੇ ਇੰਪੀਚਮੈਂਟ ਰਾਹੀਂ।
ਰਾਸ਼ਟਰਪਤੀ ਫਿਰ ਸੰਬੰਧਿਤ ਜੱਜ ਨੂੰ ਜਿਹੜੇ ਕਿ ਹਟਾਉਣ ਦਾ ਆਦੇਸ਼ ਜਾਰੀ ਕਰ ਸਕਦਾ। ਅਤੇ ਅੱਗੇ ਐਗਜ਼ਾਮਪਲ ਦਿੱਤੀ ਹੋਣ ਤੁਸੀਂ ਯਾਦ ਕਰ ਸਕਦੇ ਹੋ, ਜੇ ਯਾਦ ਕਰਨੇ ਤਾਂ ਨਹੀਂ ਛੱਡ ਵੀ ਸਕਦੇ ਹੋ। ਜੇਕਰ ਰਾਸ਼ਟਰਪਤੀ ਉੱਚ ਅਦਾਲਤ ਦੇ ਕਿਸੇ ਜੱਜ ਨੂੰ ਸਰਵਉੱਚ ਅਦਾਲਤ ਦਾ ਜੱਜ ਨਿਯੁਕਤ ਕਰ ਦੇਵੇ ਤਾਂ ਉਹਨੂੰ ਕਿਸੇ ਦੂਜੇ ਰਾਜ ਦੀ ਉੱਚ ਅਦਾਲਤ ਵਿੱਚ ਤਬਦੀਲ ਕਰ ਦੇਵੇਗਾ। ਨੈਕਸਟ, ਹਾਂਜੀ, ਜੱਜਾਂ ਦੀ ਤਬਦੀਲੀ ਟਰਾਂਸਫਰ ਰੀਡ ਕਰਨਾ ਉਹ ਕਰ ਸਕਦੇ ਹੋ, ਨਹੀਂ ਤੁਸੀਂ ਛੱਡ ਵੀ ਸਕਦੇ ਹੋ। ਠੀਕ ਹੈ, ਸਰਵਉੱਚ ਅਦਾਲਤ ਰਾਸ਼ਟਰਪਤੀ ਮੁੱਖ ਜੱਜ ਦੀ ਸਲਾਹ ਦੇ ਨਾਲ ਤਬਦੀਲੀ ਕਰਦਾ। ਤਨਖਾਹ ਅਤੇ ਭੱਤੇ ਪਹਿਲਾਂ ਹੈਗੀ ਸੀ ਜਿਹੜੀ 90,000, ਦੂਜੇ ਜੱਜਾਂ ਨੂੰ 80,000, ਬਟ ਹੁਣ ਜਿਹੜੀ ਕਿ ਹੈਗੀ ਆ ਇਹ ਤਨਖਾਹ ਵਧੀਆ ਹੋਈਆਂ ਨੇ। ਠੀਕ ਹੈ, ਅਤੇ ਹੁਣ 2018 ਦੇ ਵਿੱਚ ਜਿਹੜੇ ਕਿ ਵਾਰਸ਼ਿਕ ਬਜਟ ਤੋਂ ਬਾਅਦ ਜਿਹੜੀ ਕਿ ਤਨਖਾਹ ਵਧੀਆ ਨੇ, ਅਤੇ ਹੁਣ ਕਰੰਟ ਹੈਗੇ ਆ ਜਿਹੜੇ ਕਿ ਮੁੱਖ ਜੱਜ ਦੀ ਜਿਹੜੀ ਤਨਖਾਹ ਏ ਉਹ ਹੈਗੀ ਆ 90,000 ਤੋਂ ਵੱਧ ਕੇ ਹੁਣ ਕਿੰਨੀ ਹੋ ਗਈ, 2,50,000। ਮੁੱਖ ਜੱਜ ਦੀ ਤਨਖਾਹ 2,50,000, ਅਤੇ ਜਿਹੜੇ ਬਾਕੀ ਜੱਜ ਨੇ ਉਹਨਾਂ ਦੀ ਹੈਗੀ ਆ 2,25,000 ਮਹੀਨਾ, ਮਾਸਿਕ ਹੁੰਦਾ ਮਹੀਨਾ। ਅਤੇ ਅੱਗੇ ਹੈਗਾ ਅਹੁਦੇ ਦੀ ਸਹੁੰ, ਉੱਚ ਅਦਾਲਤ ਦੇ ਜੱਜਾਂ ਨੂੰ ਆਪਣਾ ਪਦ ਗ੍ਰਹਿਣ ਕਰਨ ਤੋਂ ਪਹਿਲਾਂ ਰਾਜ ਦੇ ਰਾਜਪਾਲ ਜਾਂ ਉਸ ਵੱਲੋਂ ਸਥਾਪਿਤ ਕਿਸੇ ਅਧਿਕਾਰੀ ਦੀ ਹਾਜ਼ਰੀ ਵਿੱਚ ਸੰਵਿਧਾਨ ਪ੍ਰਤੀ ਵਫ਼ਾਦਾਰੀ ਅਤੇ ਆਪਣੇ ਕਰਤੱਵਾਂ ਦੀ ਪਾਲਣਾ ਕਰਨ ਦੀ ਸਹੁੰ ਚੁੱਕਣੀ ਪੈਂਦੀ ਹੈ। ਅੱਗੇ ਵਕਾਲਤ ਕਰਨ ਸੰਬੰਧੀ, ਉੱਚ ਅਦਾਲਤ ਦਾ ਜੱਜ ਰਿਟਾਇਰ ਹੋਣ ਮਗਰੋਂ ਸਰਵਉੱਚ ਅਦਾਲਤ ਅਤੇ ਦੂਜੇ ਰਾਜਾਂ ਦੇ ਉਹ ਉੱਚ ਅਦਾਲਤ ਤੋਂ ਇਲਾਵਾ ਕਿਸੇ ਹੋਰ ਅਦਾਲਤ ਵਿੱਚ ਵਕਾਲਤ ਨਹੀਂ ਕਰ ਸਕਦਾ। ਠੀਕ ਹੈ, ਅੱਗੇ ਦੀਆਂ ਸ਼ਕਤੀਆਂ ਅਤੇ ਕਾਰਜ ਆਪਾਂ ਪੜ੍ਹਦੇ ਹਾਂ। ਹਾਂਜੀ, ਉੱਚ ਅਦਾਲਤ ਦੇ ਪਾਵਰਸ ਐਂਡ ਫੰਕਸ਼ਨਸ ਆਫ ਦਾ ਹਾਈ ਕੋਰਟ, ਰਾਜਾਂ ਦੀ ਉੱਚ ਅਦਾਲਤ ਨੂੰ ਕਈ ਪ੍ਰਕਾਰ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਨੇ। ਨਿਆਇਕ ਸ਼ਕਤੀਆਂ ਤੋਂ ਇਲਾਵਾ ਉੱਚ ਅਦਾਲਤ ਨੂੰ ਕੁਝ ਪ੍ਰਸ਼ਾਸਕੀ ਕੰਮ ਵੀ ਸੌਂਪੇ ਗਏ ਨੇ, ਤਾਂ ਦੋ ਭਾਗਾਂ ਵਿੱਚ ਵੰਡਿਆ ਗਿਆ, ਨਿਆਇਕ ਸ਼ਕਤੀਆਂ ਪ੍ਰਸ਼ਾਸਕੀ ਸ਼ਕਤੀਆਂ। ਅਤੇ ਫਿਰ ਅੱਗੇ ਨਿਆਇਕ ਸ਼ਕਤੀਆਂ ਦੋ ਭਾਗਾਂ ਵਿੱਚ ਵੰਡਿਆ ਗਿਆ, ਪ੍ਰੰਭਿਕ ਅਤੇ ਅਪੀਲੀ ਅਧਿਕਾਰ ਖੇਤਰ। ਹਾਂਜੀ, ਪ੍ਰੰਭਿਕ ਅਧਿਕਾਰ ਖੇਤਰ ਦੇ ਵਿੱਚ ਸੰਵਿਧਾਨ ਵਿੱਚ ਉਹ ਜਿਹੜੇ ਮਤਲਬ ਕਿ ਸਿੱਧੇ ਉੱਚ ਅਦਾਲਤ ਹਾਈ ਕੋਰਟ ਦੇ ਵਿੱਚ ਦਰਜ ਹੋ ਸਕਦੇ ਨੇ ਉਹ ਕਿਹੜੇ ਨੇ, ਤਾਂ ਸੰਵਿਧਾਨ ਵਿੱਚ ਉੱਚ ਅਦਾਲਤ ਦੀਆਂ ਸ਼ਕਤੀਆਂ ਦਾ ਵਰਣਨ ਵਿਸਥਾਰ ਸਹਿਤ ਨਹੀਂ ਕੀਤਾ ਗਿਆ, ਸਗੋਂ ਇਹੀ ਕਿਹਾ ਗਿਆ ਕਿ ਉੱਚ ਅਦਾਲਤਾਂ ਨੂੰ ਉਹ ਹੀ ਅਧਿਕਾਰ ਖੇਤਰ ਪ੍ਰਾਪਤ ਹੋਊਗਾ ਜੋ ਸੰਵਿਧਾਨ ਦੇ ਲਾਗੂ ਹੋਣ ਤੋਂ ਪਹਿਲਾਂ ਉੱਚ ਅਦਾਲਤਾਂ ਨੂੰ ਦਿੱਤਾ ਗਿਆ। ਤਾਂ ਇਸਦਾ ਭਾਵ ਇਹ ਹੈ ਕਿ ਉੱਚ ਅਦਾਲਤਾਂ ਦਾ ਪ੍ਰੰਭਿਕ ਅਧਿਕਾਰ ਖੇਤਰ ਲਗਭਗ ਉਹੀ ਹੈ ਜੋ ਵਰਤਮਾਨ ਸੰਵਿਧਾਨ ਦੇ ਲਾਗੂ ਹੋਣ ਤੋਂ ਪਹਿਲਾਂ ਉੱਚ ਅਦਾਲਤਾਂ ਨੂੰ ਪ੍ਰਾਪਤ ਸੀ। ਤਾਂ ਇਹਨਾਂ ਵਿੱਚ ਆ ਸਕਦੇ ਨੇ ਜਿਹੜੇ ਕਿ ਪ੍ਰੰਭਿਕ ਅਧਿਕਾਰ ਖੇਤਰ ਹੈਗੇ ਨੇ, ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਕੋਈ ਵੀ ਮੁਕੱਦਮਾ ਉੱਚ ਅਦਾਲਤ ਵਿੱਚ ਲਿਜਾਇਆ ਜਾ ਸਕਦਾ, ਅਤੇ 5 ਕਿਸਮ ਦੇ ਫਿਰ ਰਿਟਾਂ ਜਾਰੀ ਕਰ ਸਕਦਾ ਇਹ, ਜਿਵੇਂ ਸੁਪਰੀਮ ਕੋਰਟ ਐਵੇਂ ਸੇਮ ਇਹੀ ਬੰਦੀ ਪ੍ਰਤੱਖੀਕਰਨ, ਫਰਮਾਨ, ਵਰਜਨ, ਅਧਿਕਾਰ ਪ੍ਰੀਸ਼ਾ, ਉਤਪ੍ਰੇਖਣ। ਅਤੇ ਉੱਚ ਅਦਾਲਤ ਨਾ ਕੇਵਲ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਵਾਉਣ ਲਈ ਉਪਰੋਕਤ ਜਿਹੜੇ ਲੇਖ ਮਤਲਬ ਕਿ ਰਿਟਸ ਜਾਰੀ ਕਰ ਸਕਦੇ ਨੇ, ਸਗੋਂ ਉਹਨਾਂ ਨੂੰ ਕਿਸੇ ਵੀ ਮਹੱਤਵ ਲਈ, ਠੀਕ ਹੈ, ਅਜਿਹੇ ਲੇਖ ਜਾਰੀ ਕਰਨ ਦਾ ਅਧਿਕਾਰ ਪ੍ਰਾਪਤ ਹੈ। ਅਤੇ ਤਲਾਕ, ਵਸੀਅਤ, ਜਲ ਸੈਨਾ ਵਿਭਾਗ, ਅਦਾਲਤ ਦਾ ਅਪਮਾਨ ਅਤੇ ਅਦਾਲਤ ਦਾ ਅਪਮਾਨ, ਕਾਨੂੰਨੀ ਕਾਨੂੰਨ ਕੰਪਨੀ ਆਦਿ ਨਾਲ ਸੰਬੰਧਿਤ ਮੁਕੱਦਮੇ ਵੀ ਉੱਚ ਅਦਾਲਤ ਦੇ ਆਰੰਭਿਕ ਅਧਿਕਾਰ ਖੇਤਰ ਵਿੱਚ ਆਉਂਦੇ ਨੇ। ਅੱਗੇ ਹੈਗਾ ਅਪੀਲੀ ਅਧਿਕਾਰ ਖੇਤਰ। ਹਾਂਜੀ, ਦੀਵਾਨੀ ਅਤੇ ਫੌਜਦਾਰੀ ਮੁਕੱਦਮੇ ਵਿੱਚ ਹੇਠਲੀਆਂ ਅਦਾਲਤਾਂ ਦੇ ਫੈਸਲੇ ਵਿਰੁੱਧ ਅਪੀਲਾਂ ਸੁਣਨ ਦਾ ਅਧਿਕਾਰ ਹੈ। ਤਾਂ ਇਹ ਹੈਗਾ ਉੱਚ ਅਦਾਲਤਾਂ ਹੇਠਲੀਆਂ ਅਦਾਲਤਾਂ ਦੇ ਫੈਸਲੇ ਵਿਰੁੱਧ ਉਹਨਾਂ ਦੀਵਾਨੀ ਮੁਕੱਦਮੇ ਵਿੱਚ ਅਪੀਲ ਸੁਣ ਸਕਦੇ ਨੇ ਜਿਨ੍ਹਾਂ ਦੇ ਵਿੱਚ 5,000 ਇਸ ਤੋਂ ਜਾਂ ਇਸ ਤੋਂ ਜ਼ਿਆਦਾ ਰਕਮ ਜਾਂ ਇੰਨੇ ਮੁੱਲ ਦੀ ਜਾਇਦਾਦ ਦਾ ਪ੍ਰਸ਼ਨ ਹੋਵੇ। ਅਤੇ ਉੱਚ ਅਦਾਲਤ ਹੇਠਲੀਆਂ ਅਦਾਲਤਾਂ ਦੇ ਫੈਸਲੇ ਵਿਰੁੱਧ ਅਜਿਹੇ ਫੌਜਦਾਰੀ ਮੁਕੱਦਮਿਆਂ ਦੀ ਅਪੀਲ ਸੁਣ ਸਕਦੇ ਨੇ ਜਿਨ੍ਹਾਂ ਵਿੱਚ ਹੇਠਲੀ ਅਦਾਲਤ ਨੇ ਦੋਸ਼ੀ ਨੂੰ 4 ਜਾਂ ਇਸ ਤੋਂ ਵੱਧ ਸਮੇਂ ਲਈ ਸਜ਼ਾ ਦਿੱਤੀ ਹੋਵੇ, ਤਾਂ ਉਹ ਅਪੀਲੀ ਅਧਿਕਾਰ ਖੇਤਰ ਦੇ ਵਿੱਚ ਹਾਈ ਕੋਰਟ 'ਚ ਚਲਾ ਜਾਊਗਾ। ਜ਼ਿਲ੍ਹੇ ਦਾ ਸੈਸ਼ਨ ਜੱਜ ਕਤਲ ਦੇ ਮੁਕੱਦਮੇ ਵਿੱਚ ਦੋਸ਼ੀ ਨੂੰ ਮੌਤ ਦੀ ਸਜ਼ਾ ਦੇ ਸਕਦਾ, ਪਰੰਤੂ ਸੈਸ਼ਨ ਜੱਜ ਵੱਲੋਂ ਦਿੱਤੀ ਸਜ਼ਾ ਮੌਤ ਦੀ ਸਜ਼ਾ ਦੀ ਪੁਸ਼ਟੀ ਉੱਚ ਅਦਾਲਤ ਵੱਲੋਂ ਕਰਵਾਉਣੀ ਜ਼ਰੂਰੀ ਹੈ। ਤਾਂ ਉੱਚ ਅਦਾਲਤਾਂ ਦੀ ਅਜਿਹੀ ਪੁਸ਼ਟੀ ਤੋਂ ਬਿਨਾਂ ਦੋਸ਼ੀ ਨੂੰ ਸਜ਼ਾ ਫਾਂਸੀ ਨਹੀਂ ਦਿੱਤੀ ਜਾ ਸਕਦੀ। ਅਤੇ ਕੋਈ ਵੀ ਮੁਕੱਦਮਾ ਜਿਸ ਵਿੱਚ ਸੰਵਿਧਾਨ ਦੀ ਵਿਆਖਿਆ ਦਾ ਸਵਾਲ ਹੋਵੇ ਉੱਚ ਅਦਾਲਤ ਵਿੱਚ ਅਪੀਲ ਦੇ ਤੌਰ 'ਤੇ ਲਿਜਾਇਆ ਜਾ ਸਕਦਾ।
ਅੱਗੇ ਹੈਗੇ ਨਿਆਇਕ ਪੁਨਰੀਖਣ ਦਾ ਅਧਿਕਾਰ। ਹਾਂਜੀ, ਸਰਵਉੱਚ ਅਦਾਲਤ ਦੀ ਤਰ੍ਹਾਂ ਹੀ ਰਾਜਾਂ ਦੇ ਉੱਚ ਅਦਾਲਤਾਂ ਨੂੰ ਵੀ ਕਾਨੂੰਨਾਂ ਸੰਬੰਧੀ ਨਿਆਇਕ ਪੁਨਰੀਖਣ ਦੀ ਸ਼ਕਤੀ ਦਾ ਅਧਿਕਾਰ ਹੈ। ਤਾਂ ਉੱਚ ਅਦਾਲਤਾਂ ਰਾਜ ਵਿਧਾਨ ਮੰਡਲ ਅਤੇ ਭਾਰਤੀ ਸੰਸਦ ਦੁਆਰਾ ਬਣਾਏ ਗਏ ਕਿਸੇ ਵੀ ਅਜਿਹੇ ਕਾਨੂੰਨ ਨੂੰ ਅਸੰਵਿਧਾਨਿਕ ਘੋਸ਼ਿਤ ਕਰ ਸਕਦੀਆਂ ਨੇ, ਠੀਕ ਹੈ, ਜੋ ਸੰਵਿਧਾਨ ਦੇ ਕਿਸੇ ਅਨੁਛੇਦ ਜਾਂ ਕਿਸੇ ਧਾਰਾ ਦੇ ਵਿਰੁੱਧ ਹੋਵੇ। ਉਹ ਕਿਹੜੀ ਸ਼ਕਤੀ ਹੈ? ਨਿਆਇਕ ਪੁਨਰੀਖਣ ਦੀ। ਅਤੇ ਪਰੰਤੂ ਇਹ ਵੀ ਯਾਦ ਰਹੇ ਕਿ ਉੱਚ ਅਦਾਲਤਾਂ ਦੇ ਅਜਿਹੇ ਫੈਸਲੇ ਵਿਰੁੱਧ ਸਰਵਉੱਚ ਅਦਾਲਤ ਵਿੱਚ ਅਪੀਲ ਵੀ ਕੀਤੀ ਜਾ ਸਕਦੀ ਹੈ। ਤਾਂ ਰਾਜ ਵਿਧਾਨ ਮੰਡਲ ਜਾਂ ਕੇਂਦਰੀ ਸੰਸਦ ਦੁਆਰਾ ਪਾਸ ਕੀਤੇ ਕਾਨੂੰਨ ਨੂੰ ਰੱਦ ਕਰਨ ਲਈ ਜੱਜਾਂ ਦੇ ਕਿਸੇ ਵਿਸ਼ੇਸ਼ ਬਹੁਮਤ ਦੀ ਜ਼ਰੂਰਤ ਨਹੀਂ ਹੈਗੀ, ਸਗੋਂ ਮੁਕੱਦਮੇ ਦੀ ਸੁਣਵਾਈ ਕਰਨ ਵਾਲੇ ਜੱਜ ਆਪਣੇ ਸਧਾਰਨ ਬਹੁਮਤ ਦੁਆਰਾ ਹੀ ਕਾਨੂੰਨ ਨੂੰ ਅਸੰਵਿਧਾਨਿਕ ਘੋਸ਼ਿਤ ਕਰ ਸਕਦੇ ਨੇ। ਅੱਗੇ ਹੈਗਾ ਪ੍ਰਮਾਣ ਪੱਤਰ ਦੇਣ ਦਾ ਅਧਿਕਾਰ, ਰਾਈਟ ਆਫ ਸਰਟੀਫਿਕੇਸ਼ਨ। ਹਾਂਜੀ, ਉੱਚ ਅਦਾਲਤ ਦੇ ਫੈਸਲੇ ਵਿਰੁੱਧ ਸਰਵਉੱਚ ਅਦਾਲਤ ਵਿੱਚ ਅਪੀਲ ਕੀਤੀ ਜਾ ਸਕਦੀ ਹੈ, ਅਤੇ ਅਜਿਹੀ ਅਪੀਲ ਹਰੇਕ ਮੁਕੱਦਮੇ ਦੇ ਵਿੱਚ ਜਿਹੜੀ ਕਿ ਨਹੀਂ ਹੋ ਸਕਦੀ, ਮਤਲਬ ਕਿ ਇਹ ਨਹੀਂ ਹੈ ਕਿ ਹਰ ਮੁਕੱਦਮੇ ਦੀ ਅਪੀਲ ਕੀਤੀ ਜਾ ਸਕੇ। ਤਾਂ ਕਾਨੂੰਨ ਅਨੁਸਾਰ ਜਿਨ੍ਹਾਂ ਮੁਕੱਦਮੇ ਵਿੱਚ ਅਪੀਲ ਕੀਤੀ ਜਾਂਦੀ ਹੈ, ਕੀਤੀ ਜਾ ਸਕਦੀ ਹੈ, ਉਹਨਾਂ ਲਈ ਇਹ ਜ਼ਰੂਰੀ ਹੁੰਦਾ ਕਿ ਸੰਬੰਧਿਤ ਜਿਹੜੀ ਹਾਈ ਕੋਰਟ ਆ, ਜਿਹੜੇ ਰਾਜ ਦੇ ਵਿੱਚੋਂ ਜਿੱਥੋਂ ਅਪੀਲ ਜਾ ਰਹੀ ਹੈ ਉਹਦੇ ਨਾਲ ਸੰਬੰਧਿਤ ਜਿਹੜੀ ਹਾਈ ਕੋਰਟ ਆ, ਉਹ ਜਿਹੜੀ ਅਪੀਲ ਕਰਨ ਦੀ ਪਰਮਿਸ਼ਨ ਦੇਵੇ, ਆਗਿਆ ਦੇਵੇ, ਠੀਕ ਹੈ। ਅਤੇ ਉੱਚ ਅਦਾਲਤ ਦੀ ਆਗਿਆ ਤੋਂ ਬਿਨਾਂ, ਹਾਈ ਕੋਰਟ ਦੀ ਆਗਿਆ ਤੋਂ ਬਿਨਾਂ ਸੁਪਰੀਮ ਕੋਰਟ ਦੇ ਵਿੱਚ ਸੰਬੰਧਿਤ ਕੇਸ ਦੀ ਜਿਹੜੀ ਕਿ ਅਪੀਲ ਨਹੀਂ ਹੋ ਸਕਦੀ, ਠੀਕ ਹੈ। ਹੇਠਲੇ ਅਦਾਲਤਾਂ ਤੋਂ ਮੁਕੱਦਮੇ ਨੂੰ ਤਬਦੀਲ ਕਰਨ ਦਾ ਅਧਿਕਾਰ ਆ। ਜੇਕਰ ਉੱਚ ਅਦਾਲਤ ਦੇ ਵਿਚਾਰ ਵਿੱਚ ਕਿਸੇ ਹੇਠਲੇ ਅਦਾਲਤ ਵਿੱਚ ਚੱਲ ਰਿਹਾ ਜਿਹੜੇ ਮੁਕੱਦਮੇ ਦੀ ਕੋਈ ਵਿਸ਼ੇਸ਼ ਪ੍ਰਸ਼ਨ ਹੋਵੇ, ਤਾਂ ਉੱਚ ਅਦਾਲਤ ਉਸ ਮੁਕੱਦਮੇ ਨੂੰ ਆਪਣੇ ਕੋਲ ਮੰਗਵਾ ਸਕਦੀ ਹੈ। ਅਤੇ ਉੱਚ ਅਦਾਲਤ ਮਤਲਬ ਕਿ ਜਦੋਂ ਨੀਚੇ ਕੋਈ ਹਾਈ ਸੈਸ਼ਨ ਅਦਾਲਤਾਂ 'ਚ ਕੁਛ ਚੱਲ ਰਿਹਾ ਕੇਸ, ਹੈ ਨਾ, ਲੱਗਦਾ ਕਿ ਹਾਈ ਕੋਰਟ ਨੂੰ ਕਿ ਉਹਨੂੰ ਜਿਹੜੇ ਕਿ ਹਾਈ ਕੋਰਟ ਦੇ ਵਿੱਚ ਕੇਸ ਲਿਆਉਣਾ ਚਾਹੀਦਾ, ਤਾਂ ਜਿਹੜੇ ਕਿ ਇਹ ਆਪਣਾ ਪ੍ਰਸ਼ਨ, ਮਤਲਬ ਕਿ ਕੋਈ ਵੀ ਇਹੋ ਜਿਹੀ ਚੀਜ਼ ਹੈ ਜੋ ਹਾਈ ਕੋਰਟ ਦੇ ਵਿੱਚ ਸੋਲਵ ਹੋ ਸਕਦੀ ਆ, ਤਾਂ ਉਹਨੂੰ ਜਿਹੜੇ ਮੁਕੱਦਮੇ ਨੂੰ ਆਪਣੇ ਕੋਲ ਬੁਲਾ ਸਕਦੇ ਨੇ। ਜਾਂ ਸੰਬੰਧਿਤ ਕਾਨੂੰਨ ਦੀ ਵਿਆਖਿਆ ਕਰ ਰਹੇ ਹੇਠਲੇ ਅਦਾਲਤ ਨੂੰ ਮੁਕੱਦਮਾ ਵਾਪਸ ਵੀ ਭੇਜ ਸਕਦੀ ਹੈ, ਠੀਕ ਹੈ। ਅਤੇ ਅੱਗੇ ਹੈਗਾ ਪ੍ਰਸ਼ਾਸਨਿਕ ਸ਼ਕਤੀਆਂ। ਹਾਂਜੀ, ਪ੍ਰਸ਼ਾਸਨਿਕ ਸ਼ਕਤੀਆਂ ਹੇਠਲੇ ਅਦਾਲਤਾਂ ਤੋਂ ਉਹਨਾਂ ਦੀ ਕਾਰਵਾਈ ਦਾ ਵੇਰਵਾ ਮੰਗਵਾ ਸਕਦੀਆਂ ਨੇ, ਆਪਣੇ ਅਧੀਨ ਅਦਾਲਤਾਂ ਦੀ ਕਾਰਵਾਈ ਸੰਬੰਧੀ ਨਿਯਮ ਬਣਾ ਸਕਦੀ ਹੈ ਹਾਈ ਕੋਰਟ, ਹੇਠਲੀਆਂ ਅਦਾਲਤਾਂ ਦੀ ਕਾਰਜ ਪ੍ਰਣਾਲੀ, ਰਿਕਾਰਡ, ਰਜਿਸਟਰ, ਹਿਸਾਬ ਆਦਿ ਰੱਖਣ ਲਈ ਨਿਯਮ ਬਣਾ ਸਕਦੀਆਂ ਨੇ। ਉੱਚ ਅਦਾਲਤਾਂ ਕਿਸੇ ਮੁਕੱਦਮੇ ਨੂੰ ਆਪਣੇ ਅਧੀਨ ਕਿਸੇ ਇੱਕ ਅਦਾਲਤ ਕੋਲੋਂ ਦੂਜੀ ਅਦਾਲਤ ਵਿੱਚ ਬਦਲ ਸਕਦੀਆਂ ਨੇ। ਅਤੇ ਉੱਚ ਅਦਾਲਤਾਂ ਹੇਠਲੇ ਅਦਾਲਤਾਂ ਦੇ ਰਿਕਾਰਡ, ਕਾਗਜ਼ ਪੱਤਰ ਦੀ ਜਾਂਚ ਪੜਤਾਲ ਕਰਨ ਲਈ ਵੀ ਮੰਗਵਾ ਸਕਦੀਆਂ ਨੇ। ਉੱਚ ਅਦਾਲਤਾਂ ਹੇਠਲੇ ਅਦਾਲਤਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਤਨਖਾਹ, ਭੱਤੇ, ਸੇਵਾ ਦੇ ਨਿਯਮ ਵੀ ਨਿਸ਼ਚਿਤ ਕਰ ਸਕਦੇ ਨੇ। ਉੱਚ ਅਦਾਲਤ ਦਾ ਮੁੱਖ ਜੱਜ ਅਦਾਲਤ ਦੇ ਕਰਮਚਾਰੀ ਨਿਯੁਕਤੀ ਕਰ ਸਕਦਾ, ਅਤੇ ਇਸ ਸੰਬੰਧ ਵਿੱਚ ਰਾਜਪਾਲ ਨੂੰ ਲੋਕ ਸੇਵਾ ਕਮਿਸ਼ਨ ਦੀ ਸਲਾਹ ਲੈਣ ਲਈ ਵੀ ਕਹਿ ਸਕਦਾ। ਅਤੇ ਅੱਗੇ ਹੈਗਾ ਅਧਿਕਾਰ ਖੇਤਰ ਦਾ ਵਿਸਥਾਰ। ਕਾਨੂੰਨ ਦੁਆਰਾ ਸੰਘੀ ਸੰਸਦ ਕਿਸੇ ਰਾਜ ਦੀ ਉੱਚ ਅਦਾਲਤ ਦੇ ਅਧਿਕਾਰ ਖੇਤਰ ਦੇ ਵਿੱਚ ਨਿਆਂਇਕ ਕੰਮਾਂ ਲਈ ਕਿਸੇ ਕੇਂਦਰੀ ਪ੍ਰਦੇਸ਼ ਯੂਨੀਅਨ ਟੈਰੀਟਰੀ ਨੂੰ ਸ਼ਾਮਲ ਕਰ ਸਕਦੀ ਹੈ, ਜਾਂ ਉਸਦੇ ਅਧਿਕਾਰ ਖੇਤਰ ਤੋਂ ਬਾਹਰ ਉਹਨੂੰ ਕੱਢ ਸਕਦੀ ਹੈ। ਅੱਗੇ ਹੈਗਾ ਅਭਿਲੇਖ ਰਿਕਾਰਡ। ਹਾਂਜੀ, ਹਰੇਕ ਰਾਜ ਦੀ ਉੱਚ ਅਦਾਲਤ ਨੂੰ ਅਭਿਲੇਖ ਅਦਾਲਤ ਮੰਨਿਆ ਜਾਂਦਾ, ਤਾਂ ਉਹਦੇ ਸਾਰੀਆਂ ਕਾਰਵਾਈਆਂ ਦੇ ਫੈਸਲੇ ਪ੍ਰਮਾਣ ਦੇ ਤੌਰ 'ਤੇ ਪ੍ਰਕਾਸ਼ਿਤ ਕੀਤੇ ਜਾਂਦੇ ਨੇ, ਅਤੇ ਉਹਨਾਂ ਦੇ ਫੈਸਲੇ ਸੰਬੰਧਿਤ ਰਾਜ ਦੀਆਂ ਸਾਰੀਆਂ ਅਦਾਲਤਾਂ ਵਿੱਚ ਮੰਨੇ ਜਾਂਦੇ ਨੇ। ਇੱਕ ਉੱਚ ਅਦਾਲਤ ਦੇ ਫੈਸਲਿਆਂ ਨੂੰ ਦੂਜੇ ਰਾਜਾਂ ਦੀ ਉੱਚ ਅਦਾਲਤਾਂ ਵਿੱਚ ਵੀ ਪ੍ਰਮਾਣ ਦੇ ਤੌਰ 'ਤੇ ਪੇਸ਼ ਕੀਤਾ ਜਾ ਸਕਦਾ, ਪਰੰਤੂ ਉਹਨਾਂ ਦੇ ਫੈਸਲਿਆਂ ਨੂੰ ਪ੍ਰਵਾਨ ਕਰਨਾ ਦੂਜੇ ਰਾਜਾਂ ਦੇ ਉੱਚ ਅਦਾਲਤਾਂ ਲਈ ਜ਼ਰੂਰੀ ਨਹੀਂ ਹੈਗਾ। ਕਾਨੂੰਨ ਦੀਆਂ ਦੁਨੀਆਂ ਵਿੱਚ ਜਦੋਂ ਕਿਸੇ ਅਦਾਲਤ ਨੂੰ ਅਭਿਲੇਖ ਅਦਾਲਤ ਦਾ ਦਰਜਾ ਦੇ ਦਿੱਤਾ ਜਾਵੇ, ਤਾਂ ਉਹ ਅਦਾਲਤ ਵਿਅਕਤੀਆਂ ਨੂੰ ਅਦਾਲਤ ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਸਜ਼ਾ ਦੇ ਸਕਦੀ ਹੈ। ਰਾਜਾਂ ਦੀ ਉੱਚ ਅਦਾਲਤਾਂ ਨੂੰ ਅਦਾਲਤ ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਸਜ਼ਾ ਦੇਣ ਦਾ ਅਧਿਕਾਰ ਪ੍ਰਾਪਤ ਹੈ। ਅੱਗੇ ਹੈਗਾ ਉੱਚ ਅਦਾਲਤ ਦੀ ਸਥਿਤੀ, ਇਹਨੂੰ ਰੀਡ ਕਰ ਲੈਣਾ। ਹਾਂਜੀ, ਇਹ ਸੀ ਤੁਹਾਡਾ ਹਾਈ ਕੋਰਟ ਵਾਲਾ ਕੁਸ਼ਚਨ। ਥੈਂਕ